ਮਾਰਨਿੰਗ ਸਟੂਡੈਂਟਸ ਆਪਣਾ ਅੱਜ ਦਾ ਚੈਪਟਰ ਹੈਗਾ ਚੈਪਟਰ ਨੰਬਰ 3 ਜੈਨ ਧਰਮ ਅਤੇ ਬੁੱਧ ਧਰਮ ਸਟੂਡੈਂਟਸ ਪਹਿਲਾਂ ਕੀ ਸੀਗਾ ਭਾਰਤ ਦੇ ਵਿੱਚ Hindu ਧਰਮ ਚੱਲ ਰਿਹਾ ਸੀ Hindu ਧਰਮ ਦਾ ਬੋਲਵਾਲਾ ਸੀ ਬਟ 6ਵੀਂ ਸਦੀ ਇਸਵੀ ਪੂਰਵ ਦੇ ਵਿੱਚ ਜਿਹੜਾ ਭਾਰਤ ਦੇ Hindu ਸਮਾਜ ਤੇ ਧਰਮ ਵਿੱਚ ਬਹੁਤ ਸਾਰੇ ਅੰਧਵਿਸ਼ਵਾਸ ਪੈਦਾ ਹੋਏ ਇਹਨਾਂ ਤੋਂ ਜਿਹੜੇ ਲੋਕ ਸੀਗੇ ਬਹੁਤ ਤੰਗ ਆ ਚੁੱਕੇ ਸੀ ਜਿਸ ਕਰਕੇ ਸੀ ਜਿਹੜਾ ਲੋਕ ਕਿਸੇ ਅਜੀਹਾ ਧਰਮ ਨੂੰ ਚਾਹੁੰਦੇ ਸੀ ਵੀ ਕੋਈ ਅਜੀਹਾ ਧਰਮ ਪੈਦਾ ਹੋਵੇ ਜੋ ਜਿਹੜਾ ਬਹੁਤ ਸਰਲ ਹੋਵੇ ਜਿਹਦੇ ਵਿੱਚ ਕੋਈ ਅੰਧਵਿਸ਼ਵਾਸ ਨਾ ਹੋਵੇ ਤਾਂ ਅੱਗੇ ਚੱਲ ਕੇ ਤਾਂ ਕਰਕੇ ਸੀ ਜਿਹੜਾ ਇਹ ਦੋ ਧਰਮਾਂ ਜੈਨ ਧਰਮ ਤੇ ਬੁੱਧ ਧਰਮ ਦੀ ਜਿਹੜੀ ਹੋਂਦ ਸਾਹਮਣੇ ਆਈ ਸੀਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਦੇ ਵਿੱਚ ਇੰਟਰੋਡਕਸ਼ਨ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਹਾਲਾਤ ਕਿਹੜੇ ਕਿਹੜੇ ਹਾਲਾਤ ਸੀ ਜਾਂ ਕਿਹੜੇ ਕਿਹੜੇ ਕਾਰਨ ਸੀਗੇ ਜਿੰਨਾ ਕਰਕੇ ਇਹ ਜਿਹੜੇ ਦੋਵੇਂ ਧਰਮ ਹੋਂਦ ਵਿੱਚ ਆਏ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਦੇ ਵਿੱਚ ਕਰਦੇ ਆਂ ਰਾਜੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 6ਵੀਂ ਸਦੀ ਈਸਵੀ ਪੂਰਵ ਵਿੱਚ ਭਾਰਤ ਵਿੱਚ Hindu ਸਮਾਜ ਤੇ ਧਰਮ ਬਹੁਤ ਸਾਰੇ ਅੰਧਵਿਸ਼ਵਾਸ ਆ ਗਏ ਸੀ ਲੋਕ ਇਨ੍ਹਾਂ ਰੀਤੀ ਰਿਵਾਜਾਂ ਤੋਂ ਬਹੁਤ ਤੰਗ ਆ ਚੁੱਕੇ ਸੀ ਅਜਿਹੇ ਸਮੇਂ ਭਾਰਤ ਵਿੱਚ ਕਈ ਨਵੇਂ ਧਰਮਾਂ ਦਾ ਜਨਮ ਹੋਇਆ ਇਨ੍ਹਾਂ ਵਿੱਚੋਂ ਜੈਨ ਧਰਮ ਅਤੇ ਬੁੱਧ ਧਰਮ ਸਭ ਤੋਂ ਪ੍ਰਸਿੱਧ ਹਨ ਜੈਨ ਧਰਮ ਦੇ ਜਿਹੜੇ ਮੋਢੀ ਸੀ ਉਹ ਮਹਾਵੀਰ ਸੀਗੇ ਅਤੇ ਬੁੱਧ ਧਰਮ ਦੇ ਜਿਹੜੇ ਮੋਢੀ ਸੀ ਉਹ ਮਹਾਤਮਾ ਬੁੱਧ ਸੀਗੇ ਜੈਨ ਮਤ ਤਾਂ ਭਾਰਤ ਤੱਕ ਹੀ ਸੀਮਿਤ ਰਹਾ ਪਰ ਜਿਹੜਾ ਬੁੱਧ ਮਤ ਸੀਗਾ ਇਹ ਵਿਦੇਸ਼ਾਂ ਵਿੱਚ ਵੀ ਫੈਲਿਆ ਜੈਨ ਧਰਮ ਅਤੇ ਬੁੱਧ ਧਰਮ ਦੋਹਾਂ ਨੇ ਹੀ ਭਾਰਤੀ ਸਮਾਜ ਨੂੰ ਕਈ ਖੇਤਰਾਂ ਵਿੱਚ ਬੜੀ ਮਹੱਤਵਪੂਰਨ ਦੇਣ ਦਿੱਤੀ ਇਸ ਦੇਣ ਦੀ ਜਿਹੜੀ ਸਪਸ਼ਟ ਝਲਕ ਹੈ ਸਾਨੂੰ ਅੱਜ ਵੀ ਸਾਡੇ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੈਨ ਧਰਮ ਅਤੇ ਬੁੱਧ ਧਰਮ ਬਾਰੇ ਜੇਕਰ ਅਸੀਂ ਇਹ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਵਾਲਾ ਜਿਹੜਾ ਮੇਨ ਸੋਮਾ ਹੈਗਾ ਉਹ ਪ੍ਰਾਕ੍ਰਿਤਿਕ ਅਤੇ ਪਾਲੀ ਭਾਸ਼ਾ ਵਿੱਚ ਲਿਖਿਆ ਸਾਹਿਤ ਹੈਗਾ ਇੱਕ ਤ੍ਰਿਪਿਟਕ ਬੁੱਧ ਮਤ ਦਾ ਸਭ ਤੋਂ ਪ੍ਰਸਿੱਧ ਗ੍ਰੰਥ ਹੈਗਾ ਤ੍ਰਿਪਿਟਕ ਨਾਂ ਦਾ ਇੱਕ ਗ੍ਰੰਥ ਹੈ ਜਿਸ ਨੂੰ ਪੜਨ ਤੋਂ ਸਾਨੂੰ ਬੁੱਧ ਧਰਮ ਬਾਰੇ ਬਹੁਤ ਸਾਰੀ ਜਿਹੜੀ ਨੌਲੇਜ ਮਿਲਦੀ ਹੈ ਸੋ ਰਾਜੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਹਾਲਾਤ ਸੀਗੇ ਵੀ ਜਿਹੜੇ ਹਾਲਾਤਾਂ ਦੇ ਕਰਕੇ ਇਹ ਜਿਹੜੇ ਦੋਵੇਂ ਧਰਮ ਸੀ ਇਹਨਾਂ ਦੀ ਹੋਂਦ ਹੋਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਜਨੀਤਿਕ ਹਾਲਾਤਾਂ ਦੀ ਪੋਲੀਟੀਕਲ ਕੰਡੀਸ਼ਨ ਉਸ ਸਮੇਂ ਇੰਡੀਆ ਦੀ ਕਿਹੋ ਜੀ ਸੀ ਸ਼ੇਮੀ ਸਦੀ ਈਸਵੀ ਪੂਰਵ ਵਿੱਚ ਜਿਹੜੀ ਰਾਜਨੀਤਿਕ ਹਾਲਤ ਸੀ ਉਹ ਜੈਨ ਧਰਮ ਅਤੇ ਬੁੱਧ ਧਰਮ ਦੇ ਪੈਦਾ ਹੋਣ ਲਈ ਕਾਫੀ ਜਿਹੜੀ ਲਾਭਦਾਇਕ ਸਿੱਧ ਹੋਈ ਸੀ ਕਿਉਂਕਿ ਉੱਤਰੀ ਭਾਰਤ ਵਿੱਚ ਜਿਹੜਾ ਮਗਧ ਰਾਜ ਸੀਗਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਰਾਜ ਮੰਨਿਆ ਜਾਂਦਾ ਸੀ ਉੱਥੇ ਬਿੰਬੀਸਰ ਅਤੇ ਅਜਾਤ ਸ਼ਤਰੂ ਏਸ ਦੇ ਦੋ ਮਹਾਨ ਰਾਜੇ ਸੀਗੇ ਇਹ ਦੋਵੇਂ ਰਾਜੇ ਸੀ ਜਿਹੜੇ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਸਨ ਇਹ ਦੋਵੇਂ ਹੀ ਜਿਹੜੇ ਬੜੇ ਸਹਿਨਸ਼ੀਲ ਸ਼ਾਸਕ ਸੀਗੇ ਇਸ ਲਈ ਇਸ ਰਾਜ ਵਿੱਚ ਬ੍ਰਾਹਮਣਾਂ ਦੁਆਰਾ ਕੀਤੇ ਜਾ ਰਹੇ ਝੂਠੇ ਪ੍ਰਚਾਰ ਅਤੇ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਹੋਣੀ ਜ਼ਰੂਰੀ ਸੀਗੀ ਅਜਿਹੀ ਸਥਿਤੀ ਤੋਂ ਫਾਇਦਾ ਉਠਾਉਂਦੇ ਹੋਏ ਜੈਨ ਧਰਮ ਅਤੇ ਬੁੱਧ ਧਰਮ ਨੇ ਆਪਣਾ ਸਭ ਤੋਂ ਵੱਧ ਪ੍ਰਚਾਰ ਸੀ ਜਿਹੜਾ ਮਗਧ ਦੇ ਵਿੱਚ ਕੀਤਾ ਕਿਉਂਕਿ ਜਿਹੜੇ ਮਗਧ ਦੇ ਇਹ ਦੋਵੇਂ ਰਾਜੇ ਸੀ ਉਹ ਵੀ ਐਸੀ ਸੋਚ ਦੇ ਮਾਲਕ ਸੀਗੇ ਬਿੰਬੀਸਰ ਅਤੇ ਜਿਹੜਾ ਆजात ਸ਼ਤਰੂ ਸੀ ਇਹਨਾਂ ਦੋਵਾਂ ਨੇ ਇਹਨਾਂ ਦੋਹਾਂ ਧਰਮਾਂ ਨੂੰ ਆਪਣਾ ਸਾਥ ਦਿੱਤਾ ਇਸੇ ਕਾਰਨ ਜਿਹੜਾ ਜੈਨ ਗ੍ਰੰਥਾਂ ਵਿੱਚ ਇਹਨਾਂ ਦੋਵੇਂ ਜਿਹੜਾ ਰਾਜਿਆਂ ਨੂੰ ਜੈਨੀ ਕਿਹਾ ਗਿਆ ਅਤੇ ਬੁੱਧ ਧਰਮ ਦੇ ਗ੍ਰੰਥਾ ਵਿੱਚ ਇਹਨਾਂ ਨੂੰ ਬੋਧੀ ਕਿਹਾ ਗਿਆ ਮਗਧ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੋਵਾਂ ਧਰਮਾਂ ਦਾ ਜਿਹੜਾ ਪ੍ਰਸਾਰ ਸੀ ਹੋਰ ਵੀ ਰਾਜਾਂ ਦੇ ਵਿੱਚ ਹੋਇਆ ਜਿਸ ਦੇ ਵਜੋਂ ਇਹ ਜਿਹੜਾ ਇਹ ਜਿਹੜੇ ਦੋਵੇਂ ਧਰਮ ਸੀ ਇਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਲੱਗੇ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਸਮਾਜਿਕ ਅਤੇ ਧਾਰਮਿਕ ਹਾਲਤ ਦੀ ਕਿ ਉਸ ਸਮੇਂ ਇੰਡੀਆ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਕਿਹੋ ਜਿਹੀ ਸੀ ਜਿਦੇ ਕਾਰਨ ਜਿਹੜਾ ਲੋਕਾਂ ਨੇ ਹਿੰਦੂ ਧਰਮ ਨੂੰ ਤਿਆਗ ਗਿਆ ਅਤੇ ਇਹ ਦੋਵੇਂ ਧਰਮਾਂ ਨੂੰ ਜਿਹੜਾ ਸਵੀਕਾਰਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ Hindu ਧਰਮ ਵਿੱਚ ਜਟਿਲਤਾ ਜਿਹੜਾ Hindu ਧਰਮ ਸੀ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਸੀ ਜਿਹੜੀ ਜਟਿਲਤਾ ਆ ਗਈ ਸੀ ਪਹਿਲਾਂ ਇਹ ਜਿਹੜਾ ਧਰਮ ਸੀ ਬਿਲਕੁਲ ਹੀ ਸਾਦਾ ਹੁੰਦਾ ਸੀ ਪਰ ਬਾਅਦ ਦੇ ਵਿੱਚ ਇਸ ਵਿੱਚ ਅੰਧਵਿਸ਼ਵਾਸ਼ਾਂ ਤੇ ਕਰਮਕਾਂਡਾਂ ਦਾ ਬੋਲਬਾਲਾ ਹੋਇਆ ਧਰਮ ਸਿਰਫ ਇੱਕ ਬਾਰੀ ਦਿਖਾਵਾ ਬਣ ਕੇ ਰਹਿ ਗਿਆ ਲੋਕ ਅਜਿਹੇ ਕਾਰਨ ਬਹੁਤ ਜ਼ਿਆਦਾ ਤੰਗ ਆ ਚੁੱਕੇ ਸੀਗੇ ਇਸ ਧਰਮ ਤੋਂ ਉਹ ਇੱਕ ਅਜਿਹੇ ਧਰਮ ਦੀ ਖੋਜ ਕਰ ਰਹੇ ਸੀਗੇ ਜਿਹੜਾ ਅੰਧਵਿਸ਼ਵਾਸਾਂ ਤੋਂ ਰਹਿਤ ਹੋਵੇ ਅਤੇ ਉਹਨਾਂ ਨੂੰ ਸਦਾ ਹੀ ਜਿਹੜਾ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਣਾ ਦੇਵੇ ਇਸ ਦੇ ਕਾਰਨ ਵੀ ਸੀ ਜਿਹੜਾ ਇਹ ਦੋਵੇਂ ਧਰਮ ਸੀ ਜਿਹੜੇ ਹੋਂਦ ਵਿੱਚ ਆਏ ਅੱਗੇ ਹੈ ਗਿਆ ਖਰਚੀਲਾ ਧਰਮ ਜਿਹੜਾ ਸ਼ੁਰੂ ਵਿੱਚ ਜਿਹੜਾ Hindu ਧਰਮ ਸੀ ਉਹ ਬਹੁਤ ਸਿੰਪਲ ਸੀਗਾ ਲੇਕਿਨ ਬਾਅਦ ਦੇ ਵਿੱਚ ਸੀ ਇਹ ਬਹੁਤ ਜ਼ਿਆਦਾ ਜਿਹੜਾ ਖਰਚੀਲਾ ਹੋ ਗਿਆ ਸੀਗਾ ਜਿਵੇਂ ਜਿਹੜੇ Hindu ਲੋਕ ਸੀ ਉਹ ਯੱਗ ਵਗੈਰਾ ਕਰਦੇ ਹੁੰਦੇ ਸੀ ਸੋ ਜਿਹੜੇ ਯੱਗ ਸੀਗੇ ਇਹਨਾਂ ਉੱਪਰ ਬਹੁਤ ਮਾਤਰਾ ਦੇ ਵਿੱਚ ਸੀ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਸੀ ਬ੍ਰਾਹਮਣਾਂ ਨੂੰ ਭਾਰੀ ਜਿਹੜਾ ਦਾਨ ਦਿੱਤਾ ਜਾਂਦਾ ਸੀਗਾ ਹੋਰ ਵੀ ਜਿਹੜੇ ਬਹੁਤ ਸਾਰੇ ਰੀਤੀ ਰਿਵਾਜ ਸੀਗੇ ਉਹ ਬਹੁਤ ਜ਼ਿਆਦਾ ਖਰਚੀਲੇ ਸੀਗੇ ਸੋ ਇਹਨਾਂ ਜਿਹੜੇ ਇਸ ਕਰਕੇ ਲੋਕਾਂ ਨੂੰ ਕਾਫੀ ਪੈਸਾ ਸੀ ਜਿਹੜਾ ਆਪਣਾ ਧਰਮ ਤੇ ਹੀ ਖਰਚ ਕਰਨਾ ਪੈਂਦਾ ਸੀ ਇਹੇ ਖਰਚੇ ਲੋਕਾਂ ਦੀ ਪਹੁੰਚ ਤੋਂ ਬਾਹਰ ਸੀਗੇ ਸਿੱਟੇ ਵਜੋਂ ਉਹ ਇਸ ਧਰਮ ਦੇ Hindu ਧਰਮ ਦੇ ਜਿਹੜਾ ਵਿਰੁੱਧ ਹੋ ਗਏ ਅਤੇ ਉਹਨਾਂ ਨੇ ਜੈਨ ਧਰਮ ਅਤੇ ਬੁੱਧ ਧਰਮ ਨਾਲ ਜੁੜਨਾ ਸ਼ੁਰੂ ਕੀਤਾ ਨੈਕਸਟ ਹੈਗਾ ਬ੍ਰਾਹਮਣਾਂ ਦਾ ਨੈਤਿਕ ਪਤਨ ਜਿਹੜੇ ਪਹਿਲਾਂ ਜਿਹੜੇ ਬ੍ਰਾਹਮਣ ਹੁੰਦੇ ਸੀ ਬਹੁਤ ਸਿੰਪਲ ਜੀਵਨ ਜਿਉਣ ਵਾਲੇ ਹੁੰਦੇ ਸੀਗੇ ਜਿਸ ਕਰਕੇ ਜਿਹੜਾ ਬ੍ਰਾਹਮਣਾਂ ਨੂੰ ਲੋਕ ਸਾਥ ਦਿੰਦੇ ਸੀਗੇ Hindu ਧਰਮ ਦਾ ਲੋਕ ਸਾਥ ਦਿੰਦੇ ਸੀ ਪਰ ਸਮੇਂ ਦੇ ਨਾਲ ਨਾਲ ਜਿਹੜੇ ਬ੍ਰਾਹਮਣ ਸੀ ਇਹ ਬਹੁਤ ਭ੍ਰਿਸ਼ਟਾਚਾਰੀ ਲਾਲਚੀ ਅਤੇ ਦਗੇਵਾਜ ਬਣ ਗਏ ਜਿਸ ਕਾਰਨ ਜਿਹੜੇ ਲੋਕ ਸੀਗੇ ਸਮਾਜ ਵਿੱਚ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਚਾਹੁੰਦੇ ਸੀਗੇ ਇਹ ਵੀ ਮੇਨ ਕਾਰਨ ਬਣਿਆ Hindu ਧਰਮ ਦੇ ਅਪ੍ਰੀਤ ਪ੍ਰਿਆ ਹੋਣ ਦਾ ਅਤੇ ਬੁੱਧ ਧਰਮ ਤੇ ਜਨ ਧਰਮ ਦੇ ਸ਼ੁਰੂ ਹੋਣ ਦਾ ਨੈਕਸਟ ਹੈਗਾ ਜਾਤੀ ਪ੍ਰਥਾ 6ਵੀਂ ਸਦੀ ਈਸਵੀ ਪੂਰਬ ਤੱਕ ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਬਹੁਤ ਕਠੋਰ ਹੋ ਗਈ ਸੀ ਉੱਚ ਜਾਤੀਆਂ ਦੇ ਲੋਕ ਸੀ ਜਿਹੜੇ ਸ਼ੂਦਰਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕਰਦੇ ਸੀਗੇ ਅਜਿਹੀ ਹਾਲਤ ਤੋਂ ਤੰਗ ਆ ਕੇ ਸ਼ੂਦਰ ਕਿਸੇ ਹੋਰ ਧਰਮ ਦੇ ਪੱਖ ਵਿੱਚ ਸੀ ਜੋ ਆਪਸੀ ਭਾਈਚਾਰੇ ਤੇ ਆਧਾਰਿਤ ਹੋਵੇ ਆਪਣਾ ਧਰਮ ਛੱਡਣ ਲਈ ਤਿਆਰ ਹੋ ਗਏ। ਛੂਦਰਾਂ ਨੇ ਸੀ ਜਿਹੜਾ ਫਿਰ Hindu ਧਰਮ ਨੂੰ ਤਿਆਗ ਕੇ ਇਹਨਾਂ ਦੂਮੇ ਧਰਮਾਂ ਨੂੰ ਬਹੁਤ ਪਸੰਦ ਕੀਤਾ ਤੇ ਇਹਨਾਂ ਦਾ ਸਾਥ ਦਿੱਤਾ। ਨੈਕਸਟ ਹੈਗਾ ਔਖੀ ਭਾਸ਼ਾ। ਜਿਹੜਾ ਪਹਿਲਾਂ ਚੱਲ ਰਿਹਾ Hindu ਧਰਮ ਸੀਗਾ ਉਸ ਦੇ ਜੋ ਵੀ ਗ੍ਰੰਥ ਸੀ, ਜੋ ਵੀ ਸੀ ਉਹ ਸਾਰਾ ਕੁਝ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੀ ਤੇ ਸੰਸਕ੍ਰਿਤ ਭਾਸ਼ਾ ਜਿਹੜੀ ਔਖੀ ਸੀਗੀ ਆਮ ਲੋਕਾਂ ਦੀ ਜਿਹੜੀ ਪਹੁੰਚ ਤੋਂ ਵਾਰਸ ਸੀ ਉਹ ਭਾਸ਼ਾ। ਜਿਸ ਕਰਕੇ ਦਾ ਸਿੱਟਾ ਕੀ ਨਿਕਲਿਆ ਕਿ ਜਿਹੜੇ ਬ੍ਰਾਹਮਣ ਸੀਗੇ ਉਹ ਆਪਣੀ ਮਰਜ਼ੀ ਨਾਲ ਹੀ ਜਿਹੜੀ ਸੰਸਕ੍ਰਿਤ ਵਿੱਚ ਲਿਖੇ ਹੋਏ ਗ੍ਰੰਥਾਂ ਦੀ ਵਿਆਖਿਆ ਕਰੀ ਜਾਂਦੇ ਸੀਗੇ ਸੋ ਲੋਕ ਇੱਕ ਅਜਿਹਾ ਧਰਮ ਚਾਹੁੰਦੇ ਸੀ ਜਿਹਦੀ ਲੈਂਗੁਏਜ ਬਿਲਕੁਲ ਸੌਖੀ ਹੋਵੇ ਜਿਸ ਕਾਰਨ ਸੀ ਜਿਹੜਾ ਜਿਹੜੇ ਹਿੰਦੂ ਧਰਮ ਤੋਂ ਲੋਕ ਪਸੰਦ ਕਰਨੋਂ हट ਗਏ ਸੀ ਇਸ ਧਰਮ ਨੂੰ ਜਿਹੜੇ ਜੈਨ ਧਰਮ ਅਤੇ ਬੁੱਧ ਧਰਮ ਸੀ ਉਹਨਾਂ ਦੀ ਜਿਹੜੀ ਭਾਸ਼ਾ ਸੀਗੀ ਉਹ ਬਿਲਕੁਲ ਸੌਖੀ ਸੀਗੀ ਉਹਨਾਂ ਨੇ ਜੋ ਸਿਧਾਂਤ ਦਿੱਤੇ ਜੋ ਸਿੱਖਿਆਵਾਂ ਸੀ ਉਹਨਾਂ ਦੀ ਉਹ ਲੋਕਾਂ ਦੀ ਆਮ ਭਾਸ਼ਾ ਵਿੱਚ ਸੀ ਜਿਸ ਕਰਕੇ ਲੋਕਾਂ ਨੇ Hindu ਧਰਮ ਤੇ Buddha ਧਰਮ ਨੂੰ ਜ਼ਿਆਦਾ ਪਸੰਦ ਕੀਤਾ ਕਿਉਂਕਿ ਉਸ ਦਾ ਸਾਰਾ ਕੁਝ ਲੋਕਾਂ ਦੀ ਆਮ ਭਾਸ਼ਾ ਦੇ ਵਿੱਚ ਸੀ ਅਤੇ Hindu ਦਾ ਸੀ ਜਿਹੜਾ ਜਿਹੜੀ Hindu ਧਰਮ ਦੀ ਭਾਸ਼ਾ ਸੀ ਉਹ ਔਖੀ ਸੀ ਅੱਗੇ ਹੈਗਾ ਜਾਦੂ ਟੂਣਿਆਂ ਵਿੱਚ ਵਿਸ਼ਵਾਸ ਜਿਹੜੇ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਸੀ ਜਿਹੜਾ ਉਹ ਬਹੁਤ ਅੰਧਵਿਸ਼ਵਾਸ ਪੈਦਾ ਹੋ ਗਿਆ ਸੀ ਇਸ ਧਰਮ ਦੇ ਵਿੱਚ ਲੋਕ ਭੂਤਾਂ ਬ੍ਰੇਤਾਂ ਤੇ ਜਾਦੂ ਟੂਣਿਆਂ ਵਿੱਚ ਬਧੇਰੇ ਵਿਸ਼ਵਾਸ ਕਰਨ ਲੱਗੇ ਸੀਗੇ ਇਹ ਲੋਕਾਂ ਦਾ ਇਹ ਵੀ ਵਿਚਾਰ ਸੀ ਕਿ ਜਾਦੂ ਟੂਣਿਆਂ ਦੀ ਸਹਾਇਤਾ ਨਾਲ ਦੁਸ਼ਮਣਾਂ ਦੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਜਿਹੜੀ ਔਲਾਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜਿਹੜੇ ਜਾਗਰੂਕ ਦਿਮਾਗ ਵਾਲੇ ਬੰਦੇ ਸੀ ਵਧੀਆ ਦਿਮਾਗ ਵਾਲੇ ਬੰਦੇ ਸੀ ਉਹ ਸਮਾਜ ਨੂੰ ਅਜਿਹੇ ਅੰਧਵਿਸ਼ਵਾਸਾਂ ਤੋਂ ਛੁਟਕਾਰਾ ਦਿਵਾਉਣ ਲਈ ਕਿਸੇ ਨਵੇਂ ਧਰਮ ਦੀ ਰਾਹ ਵੇਖਣ ਲੱਗੇ ਜਿਸ ਕਾਰਨ ਵੀ ਜਿਹੜੇ ਇਹ ਦੋਵੇਂ ਧਰਮ ਸੀ ਇਹ ਹੋਂਦ ਵਿੱਚ ਆਏ ਨੈਕਸਟ ਹੈਗਾ ਮਹਾਪੁਰਸ਼ਾਂ ਦਾ ਜਨਮ 6ਵੀਂ ਸਦੀ ਈਸਵੀ ਪੂਰਬ ਵਿੱਚ अनेका ਮਹਾਪੁਰਸ਼ਾਂ ਦਾ ਜਨਮ ਹੋਇਆ ਇਹਨਾਂ ਨੇ ਹਨੇਰੇ ਵਿੱਚ ਭੜਕ ਰਹੇ ਜਿਹੜੇ ਲੋਕ ਸੀ ਉਹਨਾਂ ਨੂੰ ਇੱਕ ਨਮਾ ਰਾਬ ਖਾਇਆ ਇਹਨਾਂ ਮਹਾਪੁਰਸ਼ਾਂ ਦੇ ਵਿੱਚੋਂ ਮਹਾਵੀਰ ਅਤੇ ਬੁੱਧ ਦਾ ਨਾਂ ਹੈ ਜਿਹੜਾ ਬਹੁਤ ਮਹੱਤਵਪੂਰਨ ਹੈ ਇਹਨਾਂ ਨੇ ਸਰਲ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਇਨਾਂ ਦੀਆਂ ਸਿੰਪਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਵੱਡੀ ਗਿਣਤੀ ਵਿੱਚ ਲੋਕ ਸੀ ਇਹਨਾਂ ਦੇ ਪੈਰੋਕਾਰ ਬਣੇ ਇਹਨਾਂ ਨੇ ਬਾਅਦ ਵਿੱਚ ਜੈਨ ਮਤ ਅਤੇ ਬੁੱਧ ਮਤ ਦਾ ਰੂਪ ਧਾਰਨ ਕੀਤਾ ਸੋ ਇਹ ਸਾਰੇ ਕਾਰਨ ਸੀ ਇਹ ਸਾਰੇ ਹਾਲਾਤ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਜੈਨ ਧਰਮ ਅਤੇ ਬੁੱਧ ਧਰਮ ਦਾ ਜਿਹੜਾ ਜਨਮ ਹੋਇਆ ਤੇ ਲੋਕ ਇਸ ਧਰਮ ਦੇ ਨਾਲ ਜੁੜੇ